अज इत्थे पापा दी वीडियो बनाउण आया सी, पापा नाल दी इंटरव्यू लैण आया सी। बेसिकली लाइफ आफ्टर रिटायरमेंट ते वीडियो बना रही कि मैं तां ओदे सिलसिले च आए सी अज इत्थे। किथे बैठा है हां देख बेटा उंगल के देख, उंगल किथे कि छोटा जे ना एड्डा सारा है, एड्डा सारा उरे ही बैठा है। हां देख हां बिच्ची आ, फिर तुसी ऐ तो उस्ता बिना डरे ऐ करी जन्ने वा देख। मैं पहला तुरदा देख लिया इनू, ज्यादा नहीं भजदा सी, लुकया होया ना ये बेचारा पहला उपर हुंदा सी। अच्छा अच्छा माड़ा जिहा दिख रहा बिच है ना। हाँ ये मिट्टी च लुकया जिहा बैठा इत्थे। ਜਾਂ ਤਾਂ ਇਹਦੇ ਉੱਤੇ ਟਰੈਕਟਰ ਲੰਘ ਗਿਆ, ਉਹ ਜਿਹੜੀ ਚਮਕਦੀ ਹੈ ਚੀਜ਼ ਮੈਨੂੰ ਲੱਗਦੀ ਇਹਦੀ ਅੱਖ ਅੱਖ ਚਮਕਦੀ ਲੱਗਦੀ ਆ ਉਹਦੇ ਤਾਰੇ ਉਹ ਉਹਦੇ, ਫਿਰ ਥੱਲੇ ਕਰ ਲੈਂਦਾ ਹੈ ਨਾ ਥੋੜ੍ਹਾ ਜਿਹਾ। ਅੱਛਾ ਬੈਠਾ ਹੈ, ਚਲੋ ਕਾਹਨੂੰ ਡਰਾਇਆ ਅਗਲੇ ਨੂੰ ਆਪਾਂ, ਫਿਰ ਪਰਾਂ ਹੋ ਜਾਓ ਨਾ, ਇਹਨੂੰ ਕੱਢਾਂਗੇ ਕਿਵੇਂ ਫਿਰ ਹੁਣ ਨਾ, ਇਹਨੂੰ ਮੈਂ ਉਹ ਬਈਆ ਆ ਜਾਣਗੇ। ਮੈਂ ਤਾਂ ਵਿਚਾਰੇ ਨੂੰ ਕਦੇ ਅੱਜ ਤੱਕ ਨਾ ਕੁਛ ਕਿਹਾ ਇਹਨੂੰ, ਮੈਂ ਤਾਂ ਐਂ ਸੋਚਿਆ ਹੋਇਆ ਸੀ ਪਰ ਕਰਿਆ ਹੈ ਵੀ ਨਾ ਮੈਨੂੰ ਦੇਖੀ ਨਾ ਮੈਂ ਤੈਨੂੰ ਮਾਰਾਂ। ਫਿਰ ਦੇਖ ਕਿਉਂ ਰਹੇ ਹੁਣ, ਅੱਜ ਮੈਨੂੰ ਦਿਖ ਗਿਆ ਇਹ ਹੈਂ, ਹੁਣ ਮੈਨੂੰ ਆਇਆ ਵੀ ਜੇ ਫੱਟੜ ਜਿਹਾ ਹੋਇਆ ਵਾ ਹੋਇਆ ਵੀ ਫਿਰ ਵਿਚਾਰੇ ਤੋਂ ਮਰਵਾ ਦਿੰਦਾ ਹੈ ਉਹ ਤਾਂ ਭਈਏ ਤੋਂ। ਹੁਣੇ ਇੱਥੇ ਰੋਟਾਵੀਟਰ ਫਰਵਾਇਆ, ਫਿਰ ਉਹ 'ਚ ਤਾਂ ਆ ਗਿਆ ਹੋਣਾ ਵਿੱਚ ਇਹ ਨਾ, ਉਹਦੇ ਵਿੱਚ ਨਹੀਂ ਆਇਆ ਰੋਟਾਵੀਟਰ ਤੋਂ, ਉਹਦੇ ਟਾਇਰਾਂ ਦੇ ਥੱਲੇ ਆਇਆ ਇਹ। ਰੋਟਾਵੀਟਰ ਤਾਂ ਦੋ ਵਾਰੀ ਲੰਘ ਗਿਆ ਰੋਟਾਵੀਟਰ ਦੇ ਵਿੱਚ ਦੇ ਤਾਂ ਇਹ। ਫਿਰ ਮੈਂ ਉਹਨੂੰ ਕਿਹਾ ਮੈਂ ਫਿਰਦਾ ਬਾਬਾ। ਫਿਰ ਹੁਣ ਜਿਵੇਂ ਆਪਾਂ ਨੂੰ ਉਰੇ ਦਿਖ ਨਹੀਂ ਰਿਹਾ ਇਹਦੇ ਥੱਲੇ, ਐ ਤਾਂ ਉਰੇ ਕਿਤੇ ਵੀ ਥੱਲੇ ਹੋ ਸਕਦੇ ਨੇ, ਕਿਤੇ ਵੀ ਹੋ ਸਕਦਾ ਹਨਾ। ਫਿਰ ਐ ਰਿਸਕੀ ਨਹੀਂ ਹੈਗਾ ਕੰਮ? ਰਿਸਕੀ ਤਾਂ ਹੁੰਦਾ ਹੀ ਆ ਜ਼ਿਮੀਦਾਰਾਂ ਦਾ, ਤਾਂ ਹੀ ਨਾ ਰਿਸਕੀ, ਤਾਂ ਹੀ ਇੱਕ ਗਾਣਾ ਜਿਹਾ ਵੀ ਹੈਗਾ ਜੀ ਸਿਰੀਆਂ ਦੇ, ਕਹਿੰਦੇ ਸੱਪਾਂ ਦੇ ਸਿਰ ਤੋਂ ਨੁੱਟ ਚੁਗਣੇ। ਹਾਂ 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 ਉਹਦਾ ਮਤਲਬ ਇਹ ਹੈ ਅਤੇ ਉਹਨਾਂ ਦੇ ਸਿਰਾਂ ਦੇ ਉੱਤੇ ਹੀ ਪੈਰ ਪੂਰੇ ਲੰਘ ਜਾਂਦੇ ਨੇ। ਹਾਂ ਐ ਤਾਂ ਫਿਰ ਕਿਤੇ ਵੀ ਹੋ ਸਕਦਾ ਉਰੇ, ਆਪਾਂ ਉੱਥੇ ਤਾਂ ਜਮਾ ਹੀ ਐਨ ਸ਼ਰਿਆ ਮੈਂ ਉੱਥੇ ਥੱਲੇ ਇਹੀ ਤੈਨੂੰ ਦੱਸਿਆ ਵੀ ਕਿਤੇ ਵੀ ਹੋ ਸਕਦਾ, ਆਪਾਂ ਘਾਹ ਵੀ ਚੁਗਦੇ ਹੁੰਦੇ ਹਾਂ ਕਈ ਵਾਰ। ਹਾਂ ਹੁਣ ਇੱਥੇ ਆ ਕਿੰਨਾ ਕੁ ਬਾੜ ਪਿਆ, ਮੈਂ ਪਹਿਲਾਂ ਉੱਥੋਂ ਹੀ ਤਾਂ ਘਾਹ ਚੱਕਿਆ, ਉੱਥੋਂ ਹੀ ਇਹ ਉੱਠ ਕੇ ਤੁਰ ਪਿਆ। ਐ ਤਾਂ ਫਿਰ ਰਿਸਕੀ ਹੈ ਕੰਮ, ਹੁੰਦਾ ਜ਼ਿਮੀਦਾਰਾਂ ਦਾ ਰਿਸਕੀ ਹੋਇਆ ਤਾਂ ਹੀ ਤਾਂ ਕਹਿੰਦੇ ਨੇ ਐਡਾ ਰਿਸਕੀ ਹੈ। ਆਲੇ ਮੌਸਮ 'ਚ ਥੋੜ੍ਹਾ ਜ਼ਿਆਦਾ ਰਿਸਕੀ ਹੈ ਸਾਰਾ, ਹੁਣ ਧਿਆਨ ਨਾਲ ਤਾਂ ਹਮੇਸ਼ਾ ਹੀ ਰਿਸਕੀ ਹੈ ਨਾ, ਊਂ ਤਾਂ ਅੱਗੇ ਤਾਂ ਇੰਨਾ ਹੁੰਦੇ ਨਹੀਂ ਆਹ ਵਾਲੇ ਦਿਨਾਂ 'ਚ ਜ਼ਿਆਦਾ ਦਿਖਦੇ ਨੇ ਇਹ, ਇਹ ਸੀਜ਼ਨ 'ਚ ਜ਼ਿਆਦਾ ਦਿਖਦੇ ਹਨ ਕਿਉਂਕਿ ਇੱਕ ਤਾਂ ਹਿਊਮਸ ਹੁੰਦੀ ਹੈ, ਇਹ ਵੀ ਇਹਨਾਂ ਨੂੰ ਵੀ ਗਰਮੀ ਲੱਗਦੀ ਹੈ, ਇਹ ਵੀ ਗਰਮੀ ਦੇ ਬਾਰੇ ਬਾਹਰ ਨਿਕਲੇ ਹੁੰਦੇ ਨੇ। ਹਾਂ ਆਹ ਲਾ ਗਿਆ। ਅੱਛਾ ਇੱਥੋਂ ਵੀ ਟਰੈਕਟਰ ਕੱਢਿਆ ਸੀ, ਊਂ ਇਹ ਕਹਿੰਦੇ ਤਾਂ ਕੁਛ ਨਹੀਂ ਹੁੰਦੇ ਪਰ ਐਂ ਆ ਵੀ ਅਚਾਨਚੱਕ ਕਦੇ ਪੈਰ ਉੱਤੇ ਰੱਖਿਆ ਜਾਵੇ ਤਾਂ ਹੀ ਅਟੈਕ ਕਰਦੇ ਨੇ ਇਹ। ਪਾਵਰਫੁਲ ਦਾ ਬੰਦਾ ਹੀ ਹੈ ਸਾਰਿਆਂ ਨਾਲੋਂ, ਪਾਵਰਫੁਲ ਵੀ ਤੇ ਖਤਰਨਾਕ ਵੀ। ਹੋਰ ਇਹ ਵਿਚਾਰਾ ਕੀ ਕਹਿੰਦਾ ਹੁਣ, ਆਪਾਂ ਪਲਾਨਿੰਗ ਇਹਨੂੰ ਮਾਰਨ ਦੀ, ਉਹ ਤਾਂ ਵਿਚਾਰਾ ਡਰ ਕੇ ਬੈਠਾ ਲੁੱਕ ਕੇ, ਹੁਣ ਐ ਤਾਂ ਇਹਨਾਂ ਥੱਲੇ ਵੀ ਕਿਤੇ ਵੀ ਫਸ ਕੇ ਬੈਠ ਸਕਦੇ ਤੁਸੀਂ ਇਹਨਾਂ ਨੂੰ ਹਿਲਾ ਰਹੇ ਹੋ। ਹੋਰ ਇਹਨਾਂ 'ਚ ਵੀ ਹੋ ਸਕਦੇ ਨੇ, ਫਿਰ ਪੰਗੇ ਜ਼ਰੂਰ ਲੈਣੇ ਨੇ, ਠੀਕ ਹੈ ਨਹੀਂ। ਹੁਣ ਤਾਂ ਘਾਹ 'ਚ ਤੁਰਨ ਨੂੰ ਵੀ ਮੈਨੂੰ ਐਂ ਲੱਗ ਰਿਹਾ ਇੱਥੇ ਦੇ ਆਉਂਦੇ ਹੋਏ ਵੀ ਹੁਣ ਐਂ ਤਾਂ ਕਿਤੇ ਵੀ ਥੱਲੇ। ਹਲੇ ਮੈਨੂੰ ਨਹੀਂ ਉਨਾ ਡਰ ਲੱਗਦਾ ਵੀ ਮੈਨੂੰ ਐਂ ਵੀ ਇਹਨੇ ਕਿਹੜਾ ਕੁਛ ਕਹਿਣਾ, ਇਹਨਾਂ ਦੀ ਐ ਵਿਚਾਰੇ ਤਾਂ ਵਿਚਾਰੇ ਫਿਰਦੇ ਹੀ ਰਹਿੰਦੇ ਨੇ, ਹੁਣ ਇਹਦਾ ਸਾਥੀ ਨੇ ਜ਼ਿਮੀਦਾਰਾਂ ਦੇ, ਕਿਉਂਕਿ ਜ਼ਿਮੀਦਾਰਾਂ ਨੇ ਵੀ ਖੇਤਾਂ 'ਚ ਫਿਰਨਾ। ਐਂ ਤਾਂ ਕੁਛ ਨਹੀਂ ਕਹਿੰਦੇ, ਮਤਲਬ ਆਪਣਾ ਧਿਆਨ ਨਾਲ ਪੈਰ ਪੂਰ ਰੱਖੇ ਦੇਖ ਕੇ ਥੱਲੇ ਹਨਾ। ਜੇ ਹੁਣ ਨੈਗੇਟਿਵ ਪਾਰਟ ਦੇਖਾਂ ਮੈਂ, ਇੱਕ ਤਾਂ ਉਹ ਹੌਲਦਾਰਾਂ ਦਾ ਭਈਆ, ਉਹਦੇ ਰਾਤ ਨੂੰ ਪਏ ਤੇ ਲੜ ਗਿਆ, ਕਿਤੇ ਲੜ ਗਿਆ, ਫਿਰ ਉਹ 2-3 ਦਿਨ ਹਸਪਤਾਲ 'ਚ ਰਿਹਾ। ਹਾਂ ਰਿਸਕ ਤਾਂ ਹੁੰਦਾ ਹੀ ਆ, ਊਂ ਤਾਂ ਬੰਦੇ ਨੇ ਕਿਉਂ ਮਾਰਨਾ, ਇਹ ਡਰਦੇ ਮਾਰੇ ਬੰਦਾ ਮਾਰ ਦਿੰਦਾ। ਗੋਲੂ ਉਹਨਾਂ ਨੇ ਆਪਣੀ ਲਈ ਵੀ ਸੀ ਜ਼ਮੀਨ, ਹਾਂ ਉਹ ਜਿੱਥੇ ਉਹ ਲੱਕੜਾਂ ਪਈਆਂ ਨੇ, ਹਾਂ ਉਹ ਘਾਹ ਜਿਹਾ ਖੜਾ ਉੱਥੇ ਭਈਆ ਨਾਲ ਜਾ ਰਿਹਾ ਸੀਗਾ, ਹਾਂ ਉਹਦੇ ਲੜ ਗਿਆ ਸੀਗਾ, ਲੜ ਗਿਆ ਸੀ। ਹਾਂ ਫਿਰ ਹਸਪਤਾਲ ਲੈ ਕੇ ਗਏ ਫਟਾਫਟ ਪਟਿਆਲੇ, ਮੈਂ ਤਾਂ ਹੁੰਦਾ ਰਹਿੰਦਾ ਜ਼ਿਮੀਦਾਰਾਂ ਨਾਲ ਤਾਂ ਅਕਸਰੇ ਹੁੰਦੀ ਰਹਿੰਦੀ ਹੈ, ਐਂ ਨਿਊਜ਼ ਵੀ ਸੁਣਦੇ ਹੀ ਰਹਿੰਦੇ ਹੈ। ਹਾਂ ਉਹਨਾਂ ਨੂੰ ਤਾਂ ਪਤਾ ਹੀ ਆ, ਉਹ ਕਿਹੜਾ ਐਂ ਵੀ ਇਹ ਤਾਂ ਅਚਾਨਚੱਕ ਹੁਣ ਨਾ, ਨਿਊਜ਼ ਵੀ ਤਾਂ ਹੀ ਬਣਦੀ ਹੈ, ਬੰਦੇ ਮਰਦੇ ਵੀ ਹੈਗੇ ਹੀ ਨੇ, ਯਾਨੀ ਇਹ ਰਿਸਕੀ ਹੈਗਾ ਕੰਮ। ਦੇਖ ਜੇ ਤਾਂ ਉੱਥੇ ਬੈਠਾ ਰਿਹਾ ਫਿਰ ਤਾਂ ਇਹਦਾ ਮਤਲਬ ਉਹ ਫੱਟੜਾ,
फिर घर च भी देख के तुरै करिए थले नूं हां बिलकुल ताही तां मैं कह रहा हुंदा उरे जिहड़े चूहां दे होल ने उहनां च वी वड़ जांदे ने इह भी ताही भी जिथे होल है मेरे मूहरे तो भज के जाके खुड च वड़ गया काफी वड्डा सी बस एक ही थोड़ा डेंजरस है सप सप ही थोड़ा डेंजरस है ना होर तो कोई आम इत तो ज्यादा डेंजरस तो नहीं कोई अपने नेड़े तेड़े अच्छा संतरे का अपने उत्थे किनू का लगे वा कि संतरे का ही है किनू भी इन्ना वधिया नहीं खट्टा ज्यादा अच्छा ये मैं पटियाले का पटियाले भी लगे हुआ है ना ये आमले का हाँ आमले का सी आमले तीन ला रखे ने इत्थे आमला कहंदे सियाणे दा कहा औले दा खादा बाद च पता लगदा तां करके तने लगदे जिहड़े फल वाले दरख्तां दा तां गल इह है बाबा लावे पोता खावे फायदा तां अगे वालिआं नूं हुंदा फिर जद नूं बड़े फल देण लगदे ने बाबा लावे पोता खावे ए ना चको इत्थे तां किते वी लुके हो सकदे ने जां सब्जी तोड़दे आ ना आपां होर इत्थे तां सब्जी तोड़नी हुण रिस्की है फिर इस हिसाब नाल पहलां वी तां तोड़दे सी हैं हुण वी तोड़ांगे इन्ने बड़ा देश उरे इन्ने संघणे च किवें देखोगे इत्थे तां इह तां पटाणी है पटाणी है इह इन्न तां लगदियां नहीं है हुण तां मैनूं तुरे जांदे होए ऐ लगी जांदा थल्ले पैरां च ਦੇਖ ਲੈ ਜਿਮੀਦਾਰਾਂ ਦਾ ਕੰਮ ਕਿੰਨਾ ਔਖਾ ਹੈ ਚਰੇ ਫਿਰਦੇ ਨੇ ਖੇਤਾਂ 'ਚ ਗਾਹ ਪਾਉਂਦੇ ਇਹ ਵੀ ਭੱਜ ਜਾਂਦਾ ਨਾ ਇਹ ਪਰਾਂ ਹੋ ਜਾਂਦਾ ਹੋਣਾ ਜਿੱਥੇ ਬੰਦਾ ਜਾਂਦਾ ਹੋਣਾ ਹੈ ਨਾ ਥੋੜ੍ਹਾ ਖੜਕਾ ਜਿਹਾ ਕਰਦਾ ਜਾਵੇ ਬੰਦਾ ਐਂ ਤਾਂ ਅਸੀਂ ਉੱਥੇ ਕਿੰਨਾ ਕਿੰਨਾ ਘਾਹ ਸੀ ਉਹ ਗੰਨਾ ਸਾਫ਼ ਕਰੀ ਆ ਅਸੀਂ ਸਾਹਮਣੇ ਤਾਂ ਕਦੇ ਐਂ ਨਹੀਂ ਆਉਂਦਾ ਚਾਨ ਚੱਕ ਹੀ ਹੁੰਦਾ ਹਰੇਕ ਨਾਲ ਜਦੋਂ ਆ ਗਿਆ ਆ ਗਿਆ ਆ ਗਿਆ ਵਾ ਮੈਨੂੰ ਅੱਜ ਤੱਕ ਕਦੇ ਨਹੀਂ ਦਿਖਿਆ ਮੈਨੂੰ ਕਈ ਵਾਰ ਬੰਦਿਆਂ ਨੇ ਕਿਹਾ ਇੱਥੇ ਵੀ ਇੱਥੇ ਜ਼ਿਆਦਾ ਆ ਹੁਣ ਦਿਖਿਆ ਤਾਂ ਹੈ ਤੁਹਾਨੂੰ ਨਾ ਅੱਜ ਹੀ ਦਿਖਿਆ ਪਹਿਲਾਂ ਨਹੀਂ ਕਦੇ ਵੀ ਦਿਖਿਆ ਇੰਨੀ ਦੇ ਉੱਤੋਂ ਇੰਨੇ ਦੇ ਹੋ ਜਾਂਦੇ ਹਨ ਸਫਾਈ ਕਰਨ ਦਾ ਮਤਲਬ ਇਹੀ ਹੈ ਜ਼ਿਆਦੇ ਬਰਸਾਤ ਜ਼ਿਆਦੇ ਘਾਹ ਹੋ ਗਿਆ बस इन्हों का फिर हम महीना की है उस तो बाद ठंड शुरू हो जाऊ फिर लुक जाते होने नवंबर नवंबर दिवाली तो बाद आम एक धारणा बनी हुई है जी दिवाली के दीवे चट के सप अपने खुड च बढ़ जाता अच्छा ये आम धारणा बनी हुई है ਦੀਵਾਲੀ ਦੇ ਸਰੋਂ ਦੇ ਤੇਲ ਦੇ ਦੀਵੇ ਚੱਟ ਕੇ ਫਿਰ ਖੁੱਡ ਚ ਵੜ ਜਾਂਦਾ ਸਭ ਇਹ ਦੀਵਾਲੀ ਤੋਂ ਬਾਅਦ ਚਲੇ ਜਾਂਦੇ ਨੇ ਹਾਂ ਇਹ ਕਾਫੀ ਜ਼ਰੂਰੀ ਹੈ ਇੱਕ ਮੈਂ ਤੁਸੀਂ ਤਾਂ ਗੱਡੀ ਤੇ ਆਉਣਾ ਹੋਣਾ ਆਪਣੀ ਤੇ ਤੂੰ ਜਾ ਜਾਣਾ ਜਾਵਾਂ ਮੈਂ ਮੈਂ ਇੱਥੇ ਪਿੰਡ ਚਲਾ ਜਾਊਂਗਾ ਨਾ ਤੁਸੀਂ ਹਲੇ ਠਹਿਰ ਕੇ ਜਾਣਾ ਮੋਟਰ ਚੱਲਦੀ ਹੈ ਦੇਖਿਓ ਫਿਰ ਤਾਂ ਮੈਂ ਨਹਾ ਕੇ ਚੱਲ ਜਾਣਾ ਹੈਗੀ ਲੈਟ है नी फिर जिंदा ही सीगा वो ठीक सी मतलब हां हाँ पर ये भी है कि पता इधर नू आया हो बाहर नू गया हो है तो अंदर ही है कि घा फूस से लुक गया होना वो जरा इधर साइड पे ढेर पे है
ਗਰਮੀ ਗੁਰਮੀ ਕਿਤੇ ਹੀ ਗਈ ਨਾ ਕਿ ਛੋਟੇ ਛੋਟੇ ਜਿਵੇਂ ਅੱਜ ਕੱਲ ਤਾਂ ਹਰੇਕ ਛੋਟੇ ਛੋਟੇ ਬੂਟੇ ਨੂੰ ਫਲ ਆ ਜਾਂਦਾ ਇੱਧਰ ਆ ਪਪੀਤਾ ਨਹੀਂ ਕਹਿੰਦਾ ਇਹਨੂੰ ਵੀ ਆਇਆ ਪਿਆ ਇਹ ਤਾਂ ਆਪਾਂ ਕਿੰਨੇ ਦਾ ਖਾ ਵੀ ਲਏ ਇੰਨੇ ਵਾਰ ਇਹ ਹਾਈਬ੍ਰਿਡ ਨੇ ਆਈ ਉਹ ਸੰਤਰੇ ਸੁੰਤਰੇ ਵੀ ਛੋਟੇ ਜਿਹੇ ਨੂੰ ਆ ਜਾਂਦਾ ਫਲ ਹੁਣ ਉਹ ਦੇਖੋ ਕਿਹਨੂੰ ਹੈ ਬੂਟਾ ਹਾਂ ਇਹਨੂੰ ਇੱਕ ਫਲ ਆਊਗਾ ਮੇਰੇ ਕੋਲ ਉਧਰ ਬਰਮੇ ਚਾਚੇ ਕੇ ਲੱਗੇ ਨਹੀਂ ਹੁੰਦੇ ਸੀ ਉਹਨਾਂ ਨੂੰ ਛੋਟੇ ਛੋਟੇ ਨੂੰ ਲੱਗਦੇ ਸੀ ਇਹ ਤਾਂ ਉਹ ਵਾਲੀ ਗੱਲ ਹੈ ਕਲ ਯੁੱਗ ਦੀ ਨਿਸ਼ਾਨੀ ਵਾਲੀ ਗੱਲ ਹੈ ਨਹੀਂ ਹੁਣ ਹਾਈਬ੍ਰਿਡ ਆਉਂਦੇ ਨੇ ਨਾ ਹੁਣ ਪ੍ਰੋਸੈਸ ਫਿਰ ਉਹੀ ਹਾਈਬ੍ਰਿਡ ਹੋ ਗਿਆ ਕਲ ਯੁੱਗ 'ਚ ਕੰਮ ਅਲਫਾ ਇੱਕ ਡੇਕ ਹੋ ਗਈ ਇੱਕ ਤੂਤ ਹੋ ਗਿਆ ਅਤੇ ਆਉਣ ਵਾਲੇ ਚਾਰ ਪੰਜ ਕੁ ਸਾਲਾਂ ਨੂੰ ਐਨ ਪੂਰਾ ਜੰਗਲ ਬਣ ਜੂਗਾ ਉਹਦੇ ਇੱਥੇ ਜੰਗਲ ਨਹੀਂ ਦਰਖਤ ਹਾਂ ਦਰਖਤ ਦਰਖਤ ਹੋ ਜਾਣਗੇ ਜੰਗਲ ਜੰਗਲ ਤਾਂ ਹੋਰ ਚੀਜ਼ ਹੁੰਦੀ ਆ ਜੰਗਲ ਜਾਨੀ ਕਹਿਣਾ ਮਤਲਬ ਹੈ ਐਨ ਪੇੜੇ ਪੇੜ ਹੋ ਜਾਣਗੇ ਹਾਂ ਬਾਗ ਬਣ ਜੂਗਾ ਐਂ ਕਹੋ ਬਾਗ ਟਾਈਪ ਹੋ ਜੂ ਫਲਾਂ ਵਾਲੇ ਨੇ ਨਾ ਸਾਰੇ ਇਹ ਤਾਂ ਊਂ ਵੀ ਬਾਗ ਵੀ ਆ ਆ ਪੋਰਸ਼ਨ ਤਾਂ ਇਹ ਤਾਂ ਹੁਣੇ ਹੁਣੇ ਇੰਨਾ ਇੱਥੇ ਦਾ ਹੁਣ ਇਸ ਟਾਈਮ ਇੱਕ ਪਤਾ ਨਹੀਂ ਮੈਂ ਹੁਣ ਨਹਾ ਕੇ ਨਿਕਲ ਕੇ ਮੈਨੂੰ ਤਾਂ ਇੰਨਾ ਵਧੀਆ ਲੱਗ ਰਿਹਾ ਨਾ ਇਸ ਟਾਈਮ ਕਹੀ ਪਈ ਆ ਉਧਰ ਡੱਬਾ ਪਿਆ ਚੀਜ਼ ਚੱਕਦੇ ਚੱਕਦੇ ਹੋਏ ਵੀ ਐਂ ਲੱਗਦਾ ਇੱਕ ਵਾਰ ਵੀ ਥੱਲੇ ਨਾ ਹੋਵੇ ਕੁਛ ਮੋਟਰ 'ਤੇ ਨਹਾ ਕੇ ਨਾ ਇੰਨੀ ਜ਼ਿਆਦਾ ਤਾਜ਼ਗੀ ਆ ਜਾਂਦੀ ਹੈ ਨਾ ਪੂਰਾ ਚੇਅਰਫੁੱਲ ਮੂਡ ਹੋਇਆ ਹੋਇਆ ਅਤੇ ਨਾ ਇੰਚ ਵਿੱਚ ਨਹਾਉਂਦੇ ਹੋਏ ਨਾ ਮੈਨੂੰ ਇੱਕ ਚੈਲੇਂਜ ਯਾਦ ਆਇਆ ਦੇਖਦੇ ਹੁਣ ਉਹ ਚੈਲੇਂਜ ਲਈ ਕੌਣ ਕੌਣ ਰੈਡੀ ਹੁੰਦਾ ਚੈਲੇਂਜ ਇਹ ਹੈ ਕਿ ਇੰਚ ਵਿੱਚ ਬਰਫ਼ ਪਾ ਕੇ ਨਾ ਵਿੱਚ ਬੈਠਣਾ ਕੋਲਡ ਵਾਟਰ 'ਚ ਬੈਠਣਾ ਇੱਕ ਮਤਲਬ ਬਾਡੀ ਨੂੰ ਬੜਾ ਰਿਲੈਕਸ ਕਰਦਾ ਇੱਕ ਅੱਜ ਕੱਲ੍ਹ ਚੈਲੇਂਜ ਆ ਬੜਾ ਚੱਲਿਆ ਵੀ ਹੋਇਆ ਬਹੁਤ ਲੋਕ ਕਰਦੇ ਨੇ ਕੋਲਡ ਵਾਟਰ 'ਚ ਬੈਠਣਾ ਪਾਣੀ 'ਚ ਨਾ ਬਰਫ਼ ਪਾ ਕੇ ਐਵੇਂ ਬਹੁਤ ਲੋਕ ਬੈਠਦੇ ਨੇ ਅਤੇ ਮੈਂ ਸੋਚਿਆ ਕਿ ਚੈਲੇਂਜ ਕਰਦੇ ਹਾਂ ਪੂਰੀ 'ਚ ਵਿੱਚ ਨਾ ਬਰਫ਼ੇ ਬਰਫ਼ ਸਿੱਟ ਲਾਂਗੇ ਲਿਆ ਕੇ ਚੈਲੇਂਜ ਆ ਫਿਰ ਉਹਦੇ ਵਿੱਚ ਬੈਠਣਾ ਪੂਰਾ ਅੱਧਾ ਘੰਟਾ ਅਤੇ ਦੇਖਦੇ ਹਾਂ ਕੌਣ ਕੌਣ ਰੈਡੀ ਹੁੰਦਾ ਸੱਤੀ ਵਿੱਕੀ ਨਵੀਂ ਹੈਰੀ ਹਰਸ਼ ਸਾਰਿਆਂ ਨੂੰ ਪੁੱਛ ਲੈਣਾ ਦੇਖਦੇ ਹਾਂ ਜੋ ਕਿਹੜਾ ਚੈਲੇਂਜ ਅਸੈਪਟ ਕਰੂਗਾ ਮੈਂ ਤਾਂ ਬੈਠਣਾ ਪੱਕਾ ਪਤਾ ਨਹੀਂ ਕਿੰਨੇ ਟਾਈਮ ਤੱਕ ਬੈਠਿਆ ਜਾਊਗਾ ਪਰ ਕਰਨਾ ਇਹ ਬੜੇ ਦਿਨ ਦਾ ਮੇਰੇ ਦਿਮਾਗ 'ਚ ਚੱਲ ਰਿਹਾ ਸੀਗਾ